ਸਤਿ ਸ਼੍ਰੀ ਅਕਾਲ ਜੀ, ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਤੁਹਾਡਾ ਆਪਣਾ ਦੋਸਤ ਅਮਨ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ। ਅੱਜ ਦੇ ਸ਼ੋਅ ਦੇ ਵਿੱਚ ਕੈਨੇਡਾ ਬਾਰੇ ਬਹੁਤ ਹੀ ਖਾਸ ਗੱਲਾਂ ਹੋਣਗੀਆਂ। ਕੈਨੇਡਾ ਜਿਹੜਾ ਡ੍ਰੀਮ ਡੈਸਟੀਨੇਸ਼ਨ ਹੈ ਸਾਡੇ ਪੰਜਾਬੀਆਂ ਦਾ, ਉਹ ਜਦ ਦਾ SDS ਜਿਹੜਾ ਆਇਆ, ਲਾਂਚ ਹੋਇਆ ਕਹਿ ਲਈਏ, ਜਾਂ SDS ਲਾਗੂ ਕੀਤਾ ਗਿਆ, ਉਸ ਤੋਂ ਬਾਅਦ ਕਾਫੀ ਜ਼ਿਆਦਾ ਕਨਫਿਊਜ਼ਨ ਮਨ ਦੇ ਵਿੱਚ ਆ ਰਹੀਆਂ। ਸ਼ਾਇਦ ਪਤਾ ਨਹੀਂ ਵੀਜ਼ਾਜ਼ ਨੂੰ ਲੈ ਕੇ ਜਾਂ ਇੰਟਰਵਿਊਜ਼ ਨੂੰ ਲੈ ਕੇ ਜਾਂ ਅਲੱਗ ਅਲੱਗ ਜਿਹੜੇ ਚੀਜ਼ਾਂ ਨੇ ਉਹ ਸਾਹਮਣੇ ਆ ਰਹੀਆਂ ਨੇ, ਇਹਨਾਂ ਨੂੰ ਲੈ ਕੇ ਗੱਲ ਕਰਾਂਗੇ। ਕੈਨੇਡਾ ਵਿਜ਼ਟਰ ਨੂੰ ਲੈ ਕੇ ਬਹੁਤ ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੀ ਧਾਰਨਾਵਾਂ ਮਨ ਦੇ ਵਿੱਚ ਬਣ ਗਈਆਂ, ਸ਼ਾਇਦ ਵਿਜ਼ਟਰ ਬਹੁਤ ਸੌਖਾ ਹੈ, ਹਰ ਕੋਈ ਲਵਾ ਸਕਦਾ ਹੈ, ਉਹਨੂੰ ਲੈ ਕੇ ਗੱਲ ਕਰਾਂਗੇ, ਰਿਕੁਆਇਰਮੈਂਟਸ ਨੂੰ ਲੈ ਕੇ ਗੱਲ ਕਰਾਂਗੇ। ਅਤੇ ਖਾਸ ਜਿਹੜੀ ਅੱਜ ਰਹੇਗੀ, ਗ੍ਰੈਜੂਏਸ਼ਨ ਜਿਨ੍ਹਾਂ ਨੇ ਆਲਰੇਡੀ ਕੀਤੀ ਹੋਈ ਹੈ, ਜਿਹੜੇ ਗ੍ਰੈਜੂਏਟਸ ਨੇ ਬੱਚੇ, ਉਹਨਾਂ ਦੇ ਕਾਫੀ ਸਵਾਲ ਪਹੁੰਚਦੇ ਸੀ ਵੀ ਸਿਰਫ ਪਲੱਸ ਟੂ ਵਾਲੇ ਵਾਲੀ ਗੱਲ ਹੁੰਦੀ ਹੈ ਜੀ, ਗ੍ਰੈਜੂਏਟਸ ਵਾਲੇ ਵਾਲੀ ਗੱਲ ਬਹੁਤ ਘੱਟ ਕੀਤੀ ਜਾਂਦੀ ਹੈ। ਸੋ ਉਹਨਾਂ ਲਈ ਵੀ ਗੱਲਬਾਤ ਕਰਾਂਗੇ। ਸਾਰੀ ਡਿਸਕਸ਼ਨ ਕਰਨ ਦੇ ਲਈ ਸੱਦਾ ਦਿੱਤਾ ਗਿਆ ਰੈਫਲ ਐਜੂਸਿਟੀ ਤੋਂ ਸਵਰਨ ਸੰਧੂ ਜੀ ਨੂੰ। ਸੰਧੂ ਬਾਈ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਸੰਧੂ ਸਾਹਿਬ, ਪਹਿਲਾਂ ਤਾਂ ਇੱਥੋਂ ਹੀ ਸ਼ੁਰੂ ਕਰੀਏ ਵੀ ਕੈਨੇਡਾ ਦਾ ਆਫਟਰ SDS ਕੀ ਸਿਨੈਰੀਓ ਚੱਲ ਰਿਹਾ? ਕਾਫੀ ਅੱਛੇ ਵੀਜ਼ਾਜ਼ ਆ ਰਹੇ ਨੇ ਜੀ, ਜਿੱਦਾਂ ਆਪਾਂ ਨੋਰਮਲੀ ਪਹਿਲਾਂ ਕਿਹਾ ਗਿਆ ਸੀ ਕਿ ਵੀਜ਼ਾਜ਼ ਨਹੀਂ ਆ ਰਹੇ SDS ਦੇ ਵਿੱਚ, ਨਹੀਂ ਕੋਈ ਕਹਿ ਰਿਹਾ SDS ਦੇ ਵੀਜ਼ਾਜ਼ ਨਹੀਂ ਆ ਰਹੇ, ਕੋਈ ਕਹਿ ਰਿਹਾ ਜਨਰਲ ਦੇ ਵਿੱਚ ਵੀਜ਼ਾਜ਼ ਨਹੀਂ ਆ ਰਹੇ। ਵੀਜ਼ਾਜ਼ ਆ ਰਹੇ ਨੇ ਔਰ ਵੀਜ਼ਾਜ਼ ਨਹੀਂ ਆ ਰਹੇ, ਕਿਹਦੇ ਆ ਰਹੇ ਕਿਹਦੇ ਨਹੀਂ ਆ ਰਹੇ, SDS ਵਾਲਿਆਂ ਦੇ ਆ ਰਹੇ, ਜਨਰਲ ਵਾਲਿਆਂ ਦੇ, ਜਨਰਲ ਵਾਲਿਆਂ ਦੇ ਵੀ ਆ ਰਹੇ, ਕਿਹਦੇ ਨਹੀਂ ਆ ਰਹੇ? ਦੇਖੋ, ਪ੍ਰੋਫਾਈਲਸ ਮਾੜੀਆਂ ਜਿਹੜਾ ਪਹਿਲਾਂ ਸੀਗੀਆਂ ਉਹਨਾਂ ਦੇ ਵੀਜ਼ਾਜ਼ ਨਹੀਂ ਆ ਰਹੇ। ਜਨਰਲ ਦੇ ਵਿੱਚ ਪ੍ਰੋਫਾਈਲ ਦੇ ਵਿੱਚ ਜਿਹੜਾ ਜੇ ਥੋੜ੍ਹੇ ਸਭ ਕੁਛ ਸਹੀ ਹੈ, ਦੇਖੋ ਜਨਰਲ ਵੀ ਦੋ ਤਰ੍ਹਾਂ ਦੀਆਂ ਪ੍ਰੋਫਾਈਲਸ ਨੇ, ਥੋੜ੍ਹਾ ਜਿਹਾ ਧਿਆਨ ਨਾਲ ਸਮਝਿਓ। ਜਨਰਲ ਦੇ ਵਿੱਚ ਵੀਜ਼ਾ ਨਹੀਂ ਆ ਰਹੇ, ਵੀ ਕਹਿਣਾ ਜਨਰਲਾਈਜ਼ ਦਾ ਥਿੰਗਸ, ਆਪਾਂ ਸਭ ਚੀਜ਼ਾਂ ਨੂੰ ਜਨਰਲਾਈਜ਼ ਨਹੀਂ ਕਰ ਸਕਦੇ ਕਿ ਜਨਰਲ 'ਚ ਵੀਜ਼ਾ ਨਹੀਂ ਆ ਰਹੇ, ਇਹਨੂੰ ਓਵਰਆਲ ਨਹੀਂ ਕਹਿ ਸਕਦੇ। ਜਨਰਲ ਦੇ ਵਿੱਚ ਸਪੈਸੀਫਿਕਲੀ ਕਿਸ ਕੈਟੇਗਰੀ ਦੇ ਵੀਜ਼ਾ ਨਹੀਂ ਆ ਰਹੇ? ਜਨਰਲ ਹੁਣ ਦੋ ਤਰੀਕੇ ਨਾਲ ਲੱਗਦੀ ਹੈ, SDS ਤੋਂ ਇਲਾਵਾ ਜਦੋਂ ਬੱਚੇ ਫਾਈਲਸ ਲਗਾਉਂਦੇ, ਹੁਣ ਤੁਸੀਂ ਕਿਸੇ ਯੂਨੀਵਰਸਿਟੀਜ਼ ਦੇ ਵਿੱਚ ਲਗਾਉਂਦੇ ਹੋ, ਬਹੁਤ ਸਾਰੀਆਂ ਦੇ ਵਿੱਚ ਜਿਨ੍ਹਾਂ ਦੀ ਰਿਕੁਆਇਰਮੈਂਟਸ ਨਹੀਂ ਆ। ਕੈਨੇਡਾ ਦੀਆਂ ਟੋਪ ਯੂਨੀਵਰਸਿਟੀਜ਼ ਆਈਲੈਟਸ ਵੀ ਨਹੀਂ ਮੰਗਦੀਆਂ। ਅਗਰ ਤੁਸੀਂ, ਮੈਂ ਕਿੰਨੇ ਸਾਰੇ ਬੱਚੇ ਨੇ ਜਿਹੜੇ ਬਟ ਟੋਪ, ਜਿਨ੍ਹਾਂ ਦੇ ਵਿੱਚ ਤੁਸੀਂ CBSE ਦੇ ਵਿੱਚੋਂ 80% ਤੋਂ ਉੱਪਰ ਨੇ, ਜਿੱਦਾਂ ਯੂਨੀਵਰਸਿਟੀ ਆਫ ਵਾਟਰਲੂ ਦੇ ਪਹਿਲੇ ਹੀ ਰਿਕੁਆਇਰਮੈਂਟ ਆ ਕਿ ਉਹਨਾਂ ਨੇ 85-90% ਲੈਣੇ ਆ ਸਟੂਡੈਂਟਸ ਤੋਂ, 90-95% ਲੈਣੇ ਆ, ਬਟ ਉਹਨਾਂ ਨੂੰ ਆਈਲੈਟਸ ਵੀ ਨਹੀਂ ਚਾਹੀਦੀ, ਉਹ ਵੀ ਜਨਰਲ ਹੋ ਗਿਆ। ਜਨਰਲ ਦੇ ਵਿੱਚ ਇੱਕ ਉਹ ਵੀ ਬੱਚਾ ਆ ਗਿਆ ਜਿਹਦੀ ਰਿਕੁਆਇਰਮੈਂਟ ਸਾਰੀਆਂ ਪੂਰੀਆਂ ਨੇ, ਬਟ ਉਹਦੇ ਕੋਲ 1 ਈਅਰ ਦੀ ਫੀਸ ਹੈ ਨਹੀਂ, ਉਹ 6 ਮੰਥ ਨਾਲ ਜਾ ਰਿਹਾ, ਬਟ ਉਹਦੀ ਰਿਕੁਆਇਰਮੈਂਟ SDS ਵਾਲੀਆਂ ਨੇ, ਉਹ ਵੀ ਜਨਰਲ 'ਚ ਆ। ਹੁਣ ਉਹ ਜਨਰਲ ਡਿਫਰੈਂਟ ਆ, ਇੱਕ 5.5 ਬੈਂਡ ਵਾਲਾ, 50% ਮਾਰਕਸ ਵਾਲਾ, ਉਹ ਵੀ ਜਨਰਲ ਦੇ ਵਿੱਚ ਆ, ਹੈ ਨਾ? ਸੋ ਜਨਰਲ ਦੇ ਵਿੱਚ ਕਿਸ ਕੈਟਾਗਰੀ ਦੇ ਵੀਜ਼ਾਜ਼ ਨਹੀਂ ਆ ਰਹੇ? SDS ਦੇ ਵਿੱਚ, ਇਹ ਨਹੀਂ ਹੈ ਕਿ SDS 'ਚ ਸਭ ਦੇ ਵੀਜ਼ਾ ਆਉਂਦੇ, SDS ਦੇ ਵਿੱਚ ਕਿਸ ਕੈਟਾਗਰੀ ਦੇ ਵੀਜ਼ਾ ਨਹੀਂ ਆ ਰਹੇ, ਕਨਫਿਊਜ਼ ਨਾ ਹੋਵੋ। ਤੁਹਾਨੂੰ ਇੱਕ ਬੰਦਾ ਇੱਥੇ ਬੈਠ ਕੇ, ਜਾਂ ਇੱਕ ਅੱਜ ਕੱਲ੍ਹ ਨਵਾਂ ਸਿਸਟਮ ਚੱਲਿਆ ਜੀ ਕਿ ਤੁਸੀਂ ਕੁਛ ਵੀ ਬਣਾਓ, ਦੇਖੋ YouTube ਤੇ ਪਾ ਦਿਓ ਔਰ Facebook ਤੇ, ਸੋਸ਼ਲ ਮੀਡੀਆ ਤੇ ਪਾ ਦਿਓ। ਅਗਰ ਤੁਸੀਂ ਕੋਈ ਵਧੀਆ ਚੀਜ਼ ਪਾਓ, ਤੁਸੀਂ ਉਹਦੇ ਤੇ ਪਾਓ ਵੀ ਸਵੇਰੇ ਉੱਠ ਕੇ ਸੈਰ ਕਰਨੀ ਚਾਹੀਦੀ ਆ, ਤਲੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ, ਆਹ ਨਹੀਂ ਕੀਤਾ, ਜਿਹਦੀਆਂ ਵਧੀਆ ਵਧੀਆ ਗੱਲਾਂ ਸਾਰੀਆਂ ਪਾ ਦਿਓ, ਮੇਰੇ ਖਿਆਲ ਦੇ ਵਿੱਚ 500 ਤੋਂ ਵੱਧ ਲੋਕਾਂ ਨੇ ਨਹੀਂ ਉਹ ਦੇਖਣੀ। ਤੁਸੀਂ ਕੋਈ ਪੁੱਠੀ ਚੀਜ਼ ਪਾਓ ਉਹਦੇ ਉੱਪਰ ਲਿਖ ਕੇ, ਕੋਈ ਵੀ ਗਲਤ। ਹੁਣ ਕੈਨੇਡਾ ਦੇ ਵਿੱਚ ਐਂਟਰੀ ਬੰਦ, ਹੁਣ ਕੈਨੇਡਾ ਨਹੀਂ ਲਊਗਾ, ਕੈਨੇਡਾ ਨੇ ਕੀਤੇ ਰਸਤੇ ਬੰਦ, ਕੈਨੇਡਾ ਨੇ ਕੀਤੇ ਦਰਵਾਜ਼ੇ ਬੰਦ, ਇਹੋ ਜਿਹਾ ਇੱਕ ਵੀ ਪਾਓ, ਮਿਲੀਅਨ ਜਿਹੜੇ ਹੈਗੇ ਆ ਉਹਨਾਂ ਨੂੰ ਲਾਈਕ ਮਿਲ ਜਾਂਦੇ ਹਨ, ਮਿਲੀਅਨ ਵਿਊਅਰਸ਼ਿਪ ਮਿਲ ਜਾਂਦੀ ਹੈ ਉਹਨਾਂ ਨੂੰ। ਸੋ ਕੁਛ ਵੀ ਤੁਸੀਂ ਚਟਪਟਾ ਜਾਂ ਗਲਤ ਆਊਟ ਆਫ ਦਾ ਟਰੈਕ, ਹੁਣ SDS ਵਾਲਿਆਂ ਦੇ ਨਹੀਂ ਆਉਣਗੇ ਵੀਜ਼ੇ, ਹੁਣ ਜਨਰਲ ਵਾਲਿਆਂ ਦੇ ਨਹੀਂ ਆਉਣਗੇ ਵੀਜ਼ੇ, ਹੁਣ ਹੋ ਗਿਆ ਕੈਨੇਡਾ ਬੰਦ, ਇਹ ਇੱਕ ਪੋਸਟ ਪਾ ਦਿਓ, ਹੁਣ ਹੋ ਗਿਆ ਕੈਨੇਡਾ ਬੰਦ, ਕੁਛ ਵੀ ਪਾ ਦਿਓ ਪੋਜੀਸ਼ਨ, ਹੈ ਨਾ, ਕੋਈ ਵੀ ਪੋਸਟ ਪਾ ਦਿਓ, ਉਹਦੇ ਮਿਲੀਅਨ ਲਾਈਕਸ ਹੋ ਜਾਣੇ ਆ, ਮਿਲੀਅਨ ਵਿਊਜ਼ ਹੋ ਜਾਣੇ ਆ, ਕਿਉਂਕਿ ਉਹ ਆਊਟ ਆਫ ਦਾ ਟਰੈਕ ਆ। ਸੋ ਇਹ ਕੁਛ ਲੋਕ ਮਾੜੀ ਤਰੀਕੇ ਨਾਲ ਪ੍ਰਸਿੱਧੀ ਹਾਸਲ ਕਰਨ ਲਈ, ਜਾਂ ਆਪਣੀ ਰੋਜ਼ੀ ਰੋਟੀ, ਆਪਣਾ ਤੋਰੀ ਫੁਲਕਾ ਚਲਾਉਣ ਦੇ ਲਈ ਕੁਛ ਵੀ ਆਊਟ ਆਫ ਦਾ ਟਰੈਕ ਬਿਆਨ ਦਿੰਦੇ ਆ, ਇੱਕ ਵੀਡੀਓ ਪਾਉਂਦੇ ਆ ਸੋਸ਼ਲ ਮੀਡੀਆ ਦੇ ਉੱਪਰ। ਤੁਸੀਂ ਰਿਊਮਰਸ ਦੇਖੋ, ਜਿਹੜਾ ਕੁਛ ਗੂਗਲ ਦੇ ਉੱਪਰ ਆ ਰਿਹਾ, ਤੁਹਾਨੂੰ ਪਤਾ ਯੂਰਪ ਦੇ ਵਿੱਚ, ਗੂਗਲ ਕੰਪਨੀ ਦੇ ਉੱਪਰ ਆਪਣੇ ਖਰਬਾਂ ਕਹਿ ਸਕਦੇ ਹਾਂ ਆਪਾਂ, ਅਰਬਾਂ ਵੀ ਨਹੀਂ, ਖਰਬਾਂ ਕਹਿ ਸਕਦੇ ਹਾਂ, ਮਤਲਬ ਕਿੰਨੇ ਹਜ਼ਾਰ ਲੱਖ ਕਰੋੜ ਦਾ ਜਿਹੜਾ ਉਹਨਾਂ ਨੇ ਉਹਦੇ ਉੱਪਰ ਫਾਈਨ ਕੀਤਾ ਹੈ ਗੂਗਲ ਦੇ ਉੱਪਰ, ਕਿ ਗੂਗਲ ਯੂਰਪ ਦੇ ਵਿੱਚ ਆਪਣੇ ਪ੍ਰੋਡਕਟ, ਆਪਣੇ ਚਾਹਣ ਵਾਲਿਆਂ ਦੇ ਪ੍ਰੋਡਕਟ ਵੇਚਣ ਲਈ ਉਹਨਾਂ ਦੀ ਰੈਂਕਿੰਗ ਉੱਪਰ ਲੈ ਕੇ ਆਉਂਦਾ। ਮਤਲਬ ਤੁਸੀਂ ਪਾਉਂਦੇ ਹੋ ਬੈਸਟ ਡਾਕਟਰ ਇਨ ਦਾ ਵਰਲਡ, ਤੁਹਾਨੂੰ ਪਤਾ ਬੈਸਟ ਇਮੀਗ੍ਰੇਸ਼ਨ ਕੰਪਨੀ ਤੁਸੀਂ ਪਾਉਂਦੇ ਹੋ, ਤੁਹਾਨੂੰ ਲੱਗਦਾ ਗੂਗਲ ਸਹੀ ਬੋਲ ਰਿਹਾ, ਗੂਗਲ ਸਹੀ ਨਹੀਂ ਬੋਲ ਰਿਹਾ। ਜਿਹਨੇ ਟੌਪ ਦੇ ਉੱਪਰ ਸਭ ਤੋਂ ਵੱਧ ਪੈਸੇ ਦਿੱਤੇ ਆ ਉਹਦਾ ਨਾਮ ਸਭ ਤੋਂ ਉੱਪਰ ਆਉਣਾ, ਭਾਵੇਂ ਉਹਦੀ ਕੰਪਨੀ ਬਕਵਾਸ ਆ, ਭਾਵੇਂ ਉਹਦੀ ਕੰਪਨੀ ਮਾੜੀ ਆ ਜਾਂ ਚੰਗੀ ਆ, ਡਜ਼ ਨੋਟ ਮੈਟਰ,
ਨਾਮ ਸਭ ਤੋਂ ਉੱਪਰ ਲੈ ਕੇ ਆਉਣ ਲਈ ਯੂ ਨੀਡ ਟੂ ਪੇ ਫੋਰ ਦੈਟ, ਤੁਹਾਨੂੰ ਪੈਸੇ ਦੇਣੇ ਪੈਂਦੇ ਆ। ਸੋ ਅਸੀਂ ਸਾਰੀਆਂ ਚੀਜ਼ਾਂ ਗੂਗਲ ਦੇ ਉੱਪਰ ਫੇਥ ਨਹੀਂ ਕਰ ਸਕਦੇ। ਤੁਸੀਂ ਹਰ ਸੋਸ਼ਲ ਮੀਡੀਆ 'ਤੇ ਆਈ ਹੋਈ ਖਬਰ, ਨਿਊਜ਼ ਔਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਨੂੰ ਸੱਚ ਨਹੀਂ ਮੰਨ ਸਕਦੇ ਕਿਉਂ, ਔਰ ਤੁਹਾਨੂੰ ਫੈਕਟਸ ਲੈਣੇ ਪੈਣੇ ਆ, ਤੁਹਾਨੂੰ ਕਿਸੇ ਐਕਸਪਰਟਸ ਨੂੰ ਮਿਲਣਾ ਪੈਣਾ ਔਰ ਉਹਨਾਂ ਨਾਲ ਡਿਟੇਲ 'ਚ ਗੱਲ ਕਰਨੀ ਪੈਣੀ ਆ ਸਪੈਸੀਫਿਕਲੀ। ਦੇਖੋ ਬੱਚਿਓ, ਇੱਕ ਬਹੁਤ ਵੱਡੀ ਇੱਕ ਗਲਤ ਫਹਿਮੀ ਆ ਜਿਹੜੀ ਮੈਂ ਤੁਹਾਡੇ ਦੂਰ ਕਰਨ ਲੱਗਿਆ। ਹਰ ਤੁਹਾਡਾ ਪਰਟੀਕੁਲਰ ਇਕੱਲੇ ਬੱਚੇ ਦਾ ਜਿਹੜਾ ਕੇਸ ਆ ਉਹ ਪਰਟੀਕੁਲਰ ਕੇਸ ਆ, ਉਹਦੇ ਲਈ ਸਪੈਸੀਫਿਕ ਕੰਸਲਟੈਂਸੀ ਆ, ਜਨਰਲਾਈਜ਼ ਨਹੀਂ ਕਰੋ। ਹੁਣ ਮੈਂ ਸੁਣਿਆ ਜੀ ਕੈਨੇਡਾ ਦੇ ਵਿੱਚ ਪਲੱਸ ਟੂ ਤੋਂ ਬਾਅਦ ਵੀਜ਼ੇ, ਮੈਂ ਸੁਣਿਆ ਜਾਂ ਆਹ ਗੱਲ ਪਤਾ ਲੱਗੀ ਇਹ ਐਂ ਹੋਊਗਾ, ਉਹ ਕਿਹਦੇ ਲਈ ਹੋਊਗਾ? ਉਹ ਮੇ ਬੀ ਸਪੈਸੀਫਿਕ ਕੁਛ ਬੱਚੇ ਹੋਣਗੇ ਉਹਨਾਂ ਲਈ ਹੋਊਗਾ। ਹਰ ਇੱਕ ਬੱਚੇ ਦਾ, ਜਿਵੇਂ ਤੁਸੀਂ ਟੇਲਰ ਕੋਲ ਜਾਂਦੇ ਹੋ ਆਪਣਾ ਸੂਟ ਸਿਲਾਉਂਦੇ ਹੋ, ਤੁਹਾਡੇ ਮੇਚੇ ਦਾ ਬਣਦਾ, ਕਿਸੇ ਦਾ ਮੇਚਾ ਕਿਸੇ ਦੇ ਨਾਲ ਮੈਚ ਨਹੀਂ ਕਰਦਾ। ਤੁਸੀਂ ਡਾਕਟਰ ਕੋਲ ਦਵਾਈ ਲੈਣ ਜਾਂਦੇ ਹੋ, ਤੁਹਾਡਾ ਸਿਰ ਦੁਖਦਾ, ਤੁਸੀਂ ਡਾਕਟਰ ਕੋਲ ਦਵਾਈ ਲੈਣ ਜਾਂਦੇ ਹੋ, ਮੇ ਬੀ ਤੁਹਾਡਾ ਸਿਰ ਪੇਟ ਗੈਸ ਕਰਕੇ ਦੁਖਦਾ ਹੋਵੇ, ਮੇ ਬੀ ਤੁਹਾਡਾ ਜਿਹੜਾ ਸਿਰ ਦੁਖਦਾ ਉਹ ਟੈਨਸ਼ਨ ਕਰਕੇ, ਮੇ ਬੀ ਉਹ ਸਰਵਾਈਕਲ ਕਰਕੇ ਦੁਖਦਾ ਹੋਵੇ। 10 ਰੀਜ਼ਨ ਹੋ ਸਕਦੇ। ਮੈਂ ਲਿਖਾਂ ਸਿਰ ਦੁਖਣ ਦੇ ਲਈ ਤੁਸੀਂ ਆਹ ਚੀਜ਼ ਘੋਲ ਕੇ ਪੀਓ, ਸਿਰ ਦੁਖਦਾ ਠੀਕ ਹੋਜੂ। ਕਿਸ ਟਾਈਪ ਦਾ ਸਿਰ ਦੁਖਦਾ ਠੀਕ ਹੋ ਜੂਗਾ? ਤੁਹਾਡੀ ਪ੍ਰੋਫਾਈਲ, ਆਹ ਪ੍ਰੋਫਾਈਲ ਵਾਲੇ ਬੱਚਿਆਂ ਲਈ ਹੁਣ ਆ ਜਾਓ। ਨਹੀਂ ਬੱਚਿਓ, ਧਿਆਨ ਨਾਲ ਸੁਣੋ, ਕੰਸਲਟੈਂਸੀ ਇੱਕ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੀ ਆ ਤੁਹਾਡੇ ਕਰੀਅਰ ਲਈ, ਤੁਹਾਡੇ ਫਿਊਚਰ ਲਈ। ਤੁਸੀਂ ਜ਼ਿੰਦਗੀ 'ਚ ਕੀ ਬਣਨਾ ਚਾਹੁੰਦੇ ਹੋ ਉਹਦੇ ਲਈ ਇੱਕ ਬੈਸਟ ਕੰਸਲਟੈਂਟ ਔਰ ਬੈਸਟ ਕੰਸਲਟੈਂਸੀ ਫਰਮ ਨੂੰ ਤੁਹਾਨੂੰ ਅਪਰੋਚ ਕਰਨਾ ਪੈਣਾ। ਰਿਊਮਰਸ ਦੇ ਉੱਪਰ ਕਦੇ ਵੀ ਫੇਥ ਨਹੀਂ ਕਰੋ, ਐਕਸਪਰਟ ਨੂੰ ਮਿਲੋ। ਆਪਣੇ ਪਰਟੀਕੁਲਰ ਲੋਕਾਂ ਦੇ ਵਿੱਚ ਕੀ ਚੱਲ ਰਿਹਾ, ਬਾਕੀ ਸਮਾਜ ਦੇ ਵਿੱਚ ਕੀ ਚੱਲ ਰਿਹਾ, ਆਪਣੇ ਲਈ ਪੁੱਛੋ ਇਹ ਹੋ ਰਿਹਾ, ਇਹ ਚੱਲ ਰਿਹਾ, ਕੈਨੇਡਾ ਭਰ ਰਿਹਾ, ਕੈਨੇਡਾ ਦੇ ਵਿੱਚ ਲੜਾਈਆਂ ਹੋ ਰਹੀਆਂ, ਸਾਰੀਆਂ ਗੱਲਾਂ ਛੱਡ ਕੇ ਤੁਸੀਂ, ਮੈਂ ਸਰ ਕੈਨੇਡਾ ਦੇ ਵਿੱਚ ਸਕਸੈਸ ਕਿਵੇਂ ਹੋਊਗਾ, ਮੈਨੂੰ ਕੋਰਸ, ਮੈਨੂੰ ਮੇਰਾ ਮੇਰੀ ਪ੍ਰੋਫਾਈਲ, ਆਪਣੇ ਬਾਰੇ ਗੱਲ ਕਰੋ, ਜਨਰਲਾਈਜ਼ ਗੱਲ ਨਾ ਕਰੋ, ਲੋਕਾਂ ਬਾਰੇ ਗੱਲ ਨਾ ਕਰੋ, ਸਿਰਫ ਔਰ ਸਿਰਫ ਆਪਣੇ 'ਤੇ ਫੋਕਸ ਰੱਖੋ। ਮੇਰੀ ਕੁਆਲੀਫਿਕੇਸ਼ਨ ਆ, ਮੇਰੀ ਇੰਨੀ ਜਿਹੜੀ ਹੈਗੀ ਆਈਲੈਟ ਸਕੋਰ ਆ, ਮੇਰੀ ਫੈਮਿਲੀ ਬੈਕਗਰਾਊਂਡ ਆਹ, ਮੇਰਾ ਆਹ ਇੰਟਰਸਟ ਆ, ਮੈਨੂੰ ਦੱਸੋ ਮੈਂ ਕਾਮਯਾਬ ਕਿਵੇਂ ਹੋਊਂਗਾ ਅੱਗੇ ਜਾ ਕੇ। ਸੋ ਫੋਕਸ ਕਰੋ ਆਪਣੇ ਉੱਪਰ, ਅੱਛੀ ਕੰਪਨੀ ਨੂੰ ਫਾਇੰਡ ਆਊਟ ਕਰੋ ਜਿਹੜੇ ਸਾਲਾਂ ਤੋਂ ਤੁਹਾਡੀ ਹੈਲਪ ਸਰਵਿਸ ਦੇ ਰਹੇ ਹਾਂ ਔਰ ਹੈਲਪ ਕਰ ਰਹੇ ਹਾਂ। ਰੈਫਲਸ ਐਡੂਸਿਟੀ 11 ਸਾਲਾਂ ਤੋਂ ਸਟਿੱਕ ਆ ਕੈਨੇਡਾ ਦੇ ਵਿੱਚ ਔਰ ਹੋਰ ਸਾਰੀਆਂ ਸਰਵਿਸਿਸ ਦੇ ਵਿੱਚ, ਮੈਜੋਰਿਟੀ ਅਸੀਂ ਜਾਣੇ ਜਾਂਦੇ ਹਾਂ ਕੈਨੇਡਾ ਦੇ ਵਿੱਚ। ਕੈਨੇਡਾ ਨਾਲ ਰਿਲੇਟਡ ਐਨੀਥਿੰਗ, ਕੁਛ ਵੀ ਤੁਸੀਂ ਪਤਾ ਕਰਨਾ ਚਾਹੁੰਦੇ ਹੋ, ਵਿਜ਼ਟਰ ਵੀਜ਼ਾ, ਟੂਰਿਸਟ ਵੀਜ਼ਾ, PR, ਪਰਮਾਨੈਂਟ ਰੈਜ਼ੀਡੈਂਸੀ, ਇਮੀਗ੍ਰੇਸ਼ਨ, ਕੁਛ ਵੀ ਤੁਸੀਂ ਕੈਨੇਡਾ ਦੇ ਨਾਲ ਰਿਲੇਟਡ ਕੋਈ ਵੀ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ, ਕਿਸੇ ਵੀ ਸਾਡੀ ਟੀਮ ਨੂੰ ਮਿਲੋ। ਬਹੁਤ ਐਕਸਪਰਟ ਟੀਮ ਆ ਜੀ ਮੇਰੀ ਰੈਫਲਸ ਐਡੂਸਿਟੀ ਦੀ, ਬਹੁਤ ਐਕਸਪਰਟ ਟੀਮ ਆ। ਰਿਊਮਰਸ ਤੋਂ ਬਚੋ, ਬੇਸਿਕਲੀ ਰਿਊਮਰਸ ਫੈਲਾਉਣ ਵਾਲੇ ਭਾਜੀ ਉਹ ਇਹ ਨਹੀਂ ਦੇਖਦੇ ਵੀ ਐਕਚੁਅਲ ਫੈਕਟਸ ਕੀ ਨੇ, ਉਹਨਾਂ ਦਾ ਧੰਦਾ ਆਪਣੀ ਸਟ੍ਰੈਟਜੀ ਹੁੰਦੀ ਹੈ। ਇਹ ਚਾਹੇ ਆਪਾਂ ਸਟੂਡੈਂਟ ਵੀਜ਼ਾ ਦੀ ਗੱਲ ਕਰੀਏ ਜਾਂ ਵਿਜ਼ਟਰ ਵੀਜ਼ਾ ਦੀ ਗੱਲ ਕਰੀਏ, ਹੁਣ ਪਿੱਛੇ ਚੱਲਿਆ ਸੀ ਕੈਨੇਡਾ ਡੇ 'ਤੇ ਵਿਜ਼ਟਰ ਜਾਓ, ਹਾਂਜੀ ਕੈਨੇਡਾ ਡੇ 'ਤੇ ਟੂਰਿਸਟ ਜਾਓ, ਐਕਚੁਅਲ ਵਿਜ਼ਟਰ ਵੀ ਪ੍ਰੋਫਾਈਲ ਮੈਟਰ ਕਰਦੀ ਹੈ ਐਜ਼ ਅ ਸਟੂਡੈਂਟ, ਜਿਵੇਂ ਸੇਮ ਤੁਸੀਂ ਗੱਲ ਕਰ ਰਹੇ ਹੋ, ਜਾਂ ਉਹ ਕੋਈ ਵੀ ਪ੍ਰੋਫਾਈਲ ਨੂੰ ਮਿਲ ਸਕਦਾ? ਦੇਖੋ ਮੈਂ ਤੁਹਾਨੂੰ ਬੇਸਿਕ ਜੀਆਂ ਗੱਲਾਂ ਦੱਸਦਾ, ਮੇਰੇ ਕੋਲ ਜਿਹੜੇ ਕੇਸ ਆਉਂਦੇ ਨੇ, ਇੱਕ ਲੇਡੀ ਆਪਣੇ ਜਾਣਾ ਚਾਹੁੰਦੀ ਆ, ਮੈਂ ਆਪਣੇ ਬੇਟੇ ਨੂੰ ਜਾਂ ਆਪਣੀ ਬੇਟੀ ਨੂੰ ਮਿਲ ਕੇ ਆਉਣਾ, ਇੱਕ ਲੇਡੀ ਜਾਣਾ ਚਾਹੁੰਦੀ ਆ ਉੱਥੇ, ਓਕੇ। ਮੈਂ ਕਈ ਵਾਰ ਅਸੀਂ ਪੁੱਛਦੇ ਹਾਂ, ਉਹ ਜਿਹੜੀ ਲੇਡੀ ਆ ਉਹ ਇੱਕ ਬਜ਼ੁਰਗ ਲੇਡੀ ਆ, 50-55 ਸਾਲ ਦੀ ਆ, ਉਹ ਕੈਨੇਡਾ ਜਾਣਾ ਚਾਹੁੰਦੀ ਆ, ਕੈਨੇਡਾ ਵੀਜ਼ਾ ਕਿਉਂ ਦਊਗਾ? ਕਿਉਂਕਿ ਨਾ ਤਾਂ ਉਹ ਜੋਬ ਕਰਦੀ ਆ, ਨਾ ਉਹਦੇ ਨਾਮ 'ਤੇ ਜ਼ਮੀਨ ਆ। ਜਨਰਲੀ ਪੰਜਾਬ ਦੇ ਵਿੱਚ ਟ੍ਰੈਂਡ ਆ, ਇਹ ਇੱਕ ਜਨਰਲ ਆ ਕਿ ਜਿੰਨੀ ਵੀ ਜ਼ਮੀਨ ਆ ਉਹ ਬਜ਼ੁਰਗਾਂ ਦੇ ਜਾਂ ਮੇਲ ਪਰਸਨ ਆ ਜਾਂ ਜਿਹੜੇ ਵੀ ਹੈੱਡ ਆਫ ਜਿਹੜੇ ਫੈਮਿਲੀ ਉਹਨਾਂ ਦੇ ਨਾਮ 'ਤੇ ਹੁੰਦੀ ਆ। ਫਿਰ ਮੈਂ ਆਪਣੇ ਘਰ ਵਾਲੇ ਹੈ ਨਹੀਂ ਗਿਆ, ਜਾਂ ਮੈਂ ਆਪਣੇ ਘਰ ਵਾਲੇ ਨੂੰ ਨਾਲ ਨਹੀਂ ਲੈ ਕੇ ਜਾਣਾ, ਨਹੀਂ ਵੀ ਮਤਲਬ ਵੀਜ਼ਾ, ਮੈਂ ਤੁਹਾਨੂੰ ਇੱਕ ਬੇਸਿਕ ਗੱਲ ਦੱਸਦਾ ਜੀ, ਵੀਜ਼ਾ ਵਿਜ਼ਟਰ ਵੀਜ਼ਾ ਕਿਹਨੂੰ ਦੇਣਾ ਉਹਨਾਂ ਨੇ? ਤੁਹਾਡੇ ਕੋਲ ਜ਼ਮੀਨ ਜਾਇਦਾਦ ਆ ਬਹੁਤ ਸਾਰੀ, ਤੁਹਾਨੂੰ ਵੀਜ਼ਾ ਦੇ ਦੇਣਗੇ? ਨਹੀਂ ਦੇਣਗੇ। ਤੁਹਾਡੇ ਅਕਾਊਂਟ ਦੇ ਵਿੱਚ 1 ਕਰੋੜ ਰੁਪਇਆ ਪਿਆ, ਤੁਹਾਨੂੰ ਵੀਜ਼ਾ ਮਿਲ ਜਾਏਗਾ? ਨਹੀਂ ਮਿਲੇਗਾ ਵੀਜ਼ਾ ਜੀ। ਤੁਸੀਂ ਪੋਲੀਟੀਸ਼ੀਅਨ ਹੋ, ਤੁਹਾਨੂੰ ਵੀਜ਼ਾ ਮਿਲ ਜਾਏਗਾ? ਨਹੀਂ ਮਿਲੇਗਾ ਜੀ। ਮਤਲਬ ਕਿ ਹਰ ਇੱਕ, ਤੁਸੀਂ ਕਿਸੇ ਵੀਜ਼ਾ ਵਿਜ਼ਿਟਰ ਐਵੇਂ ਨਹੀਂ ਮਿਲਦਾ ਜੀ। ਇਹ ਲੋਕ ਕੀ ਕਰਦੇ ਆ, ਹਾਂਜੀ ਅਸੀਂ, ਮੇਰੇ ਨਾ ਜੀ ਦੋਤੀ ਦਾ ਬਰਥਡੇ ਆ, ਮੇਰੀ ਬੇਟੀ ਦਾ, ਮੇਰੀ ਨਣ ਦਾ, ਮੇਰੇ ਭਰਾ ਦਾ, ਮੇਰੇ ਸਹੁਰੇ ਦਾ, ਮੇਰੇ ਦੇਵਰ ਦਾ ਬਰਥਡੇ ਆ, ਮੇਰੇ ਬੇਟੀ ਦਾ ਬਰਥ, ਮਤਲਬ
कुछ भी उत्थे जाना नहीं, नहीं मिलना वीजा। मेरा मेरा बच्चा गया होया जी, हुण लोगों नूं इह कि बेटा गया, हुण जदों उहदी ओरिएंटेशन होगी, कॉलेज तो लैटर मिलेगी तां ही वीजा होगा, नहीं एवें दी कोई प्रॉब्लम नहीं है। टूरिस्ट एंड विजिटर वीजा, टूरिस्ट वीजा जिहनूं आपां कहिंदे आ बिजनेस वीजा, बिजनेस टूरिस्ट वीजा, इह की ने बेसिकली? इह भी एक बहुत वड्डा सबजैक्ट आ। की कीता जांदा 500 रुपये तो लै के 20-20 लाख रुपये तक विजिटर टूरिस्ट वीजे दे पैसे चार्ज किए जाते हैं। एक्सपर्टीज की दियां ने, एक्सपर्टीज किवें होनी है, किनू विजिटर वीजा मिलेगा, किहड़ी कैटागरी दे विच मिलेगा, बहुत सारिया टैक्नीकल गल्लां ने। लोग फोन पर कहणगे उत्थे दस दो जी सानू, तुसीं फोन पर ही दस दो, असीं कागज़ लैके आवांगे। हर बंदे दे नाल रिलेटड घट्टो घट्ट 100 जिहड़े क्वेश्चन बनते हैं, जिहड़े उहनू पुछने पैंदे आ। सो तुसीं एक्चुअल दे विच किसी भी कंट्री का टूरिस्ट विजिटर वीजा लैना चाहुंदे हो, रैफल्स एड्यूसिटी इन्नियों ही एक्सपर्ट आ जिन्ने असीं कैनेडा दे विच एक्सपर्ट आ, उन्नी ही एक्सपर्ट आ विजिटर टूरिस्ट वीजा फॉर ऑल द कंट्रीज। विजिटर लिए सब लगता शायद भी स्पॉन्सर आ गई, साढ़े रिश्तेदार ने भेजती जो जी क्या बर्थडे है, एनिवर्सरी है, कोई भी एक इवेंट दे स्पॉन्सर बुला ली, दैट्स अ वेरी पॉजिटिव थिंग फॉर वीजा। ठीक है, बहुत स्पॉन्सरशिप आ जाए तो चांसिस होंगे ने जी। बहुत सारे जो एजेंट्स मार्केट यहोजे ने जो कहते हैं तुम्हें स्पॉन्सरशिप मंगवा के देव। बिल्कुल, मैं ये ऐड देखी, मैं पॉइंट लिखा भी, मेरा सवाल ही चक लिया भी एक तो होंगे भी जेन्युइन स्पॉन्सर आ गई। हाँ जी, मेरा कोई रिश्तेदार है, दोस्त है, या मेरा कोई खास रिलेटिव है जिसे कोई घर फंक्शन आ गया, उन्हें स्पॉन्सर भेजी। एक किसी एजेंट को मैं गया, वो कहता मैं अरेंज करा के देना। देखो अमन भाजी, डर नहीं आ, ये 420 का केस आ, मतलब ये लो के मिसलीड करना, फ्रॉड करण वाले ते या करवाण वाले ते भी। भाजी जेड़ा एडवरटाइजमेंट दे रहा एजेंट, ओदे ते ये सीधा सीधा पर्चा दर्ज होगा, वो शरेआम कह रहा कि मैं फीम बेच रहा, मतलब आप अखबार दे विच ऐड दे रहा कि मैं फीम बेचदा, मेरे तो आके लै जाओ, तो ये सीधा परचा दर्ज होना चाहिए। एवं जो लोग कहें ना असी इनविटेशन लैटर अरेंज करके देवे, उन्होंने सीधा परचा होना चाहिए वा। बट क्योंकि लैक ऑफ अवेयरनैस आ डिपार्टमेंटा अजे पता नहीं इन्नी सारी हो जाऊगा, हौली हौली ये साड़ी इंडस्ट्री भी बिल्डरस वाग जे इमीग्रे जे अपने रियल एस्टेट वाले जिमें ठीक किया सरकार ने, मैं चाहना जी कि इन्हों भी सारे एजेंट्स में भी एक ठीक करन थोड़े जे, क्योंकि जेडे योजना गलत तरीके नाल एड्स हुण देखो तुसी, मैं थोड़े लिए एक जाली पेमेंट जाली डॉक्यूमेंट अरेंज करके दूंगा मैं थोड़े लिए, ये मैं एड दे रहा न्यूज़ पेपर जिधर रिलेशन कोई नहीं एक्चुअली। हाँ जी, उधर वेच हुण होना की है, उधर जाके वो की कर दिया जिन्हां ने तुसी सारियां डिटेल्स भेज दिया, कई बार दो कॉल्स अजकल विजिटर वीजा दे वेच की हो रहा कि वो जिन्हां दी तुसी स्पॉन्सरशिप लाई आ उन्हां दोनों नूं कॉल्स, दोनों नूं जिहदी लाई आ और जिहड़ा जा रहा दोनों नूं कॉल जांदियां साइमल्टेनियसली, कॉल जाके दोनों तो क्रॉस क्वेश्चनिंग पुछदे आ, फिर सीधा उहदे ते एक रैड स्टैंप लगदी आ, मतलब सीधा तुहाडा 3 साल का 2 साल का 5 साल का बैन लाउंदे ने, फिर तुहाडे उस तो बाद तुसी कदे जा नहीं सकते। सो गलत, मैं हमेशा रैफरल्स एड्यूसिटी की एक ही कोशिश रही है जी कि गलत तरीके दे नाल कैनेडा नहीं जाना, सही तरीके दे नाल जाना जी। अमन भाजी एक लास्ट टाइम दो साडे नाल क्वेश्चन रह गए सी संधू भाजी नाल, असीं कर रहे सी कि उहनां तों विजिटर वीजा तां हो गया जी कंटैक्ट, एक अपना हुण ग्रेजुएट्स लई रह गया, नहीं तां फिर आपां प्रोमिस कीता। मैं बिल्कुल एक पहले गल दस देना चाहुंदा, असी तो जिन्ना समा है वह कोशिश करते हैं थोड़े लिए वो तो वह सवाल शेयर करिए, बट फिर भी ना एक उपराला रहा हमेशा रैफल एजुसिटी द्वारा भी जेडे बच्चे शो न मिस कर गए वो यूट्यूब पर भी देख सकते हैं, देश प्रदेश लाइव टीवी पर असी इन्हों का शो कल अपलोड कर देंगे, तुम भी अपना देख सकते हो, अगे पहुँचा चाहते हो इनफॉर्मेशन शेयर कर सकते हो। दूजा इन्हों सैमीनार्स ने जिदे विजिट करके कोई भी इनफॉर्मेशन लेनी लै सकते हो, मैं डेट्स दस देना, 29 तरीक चंडीगढ़, 30 लुधियाना, 31 तरीक बठिंडा, 1 तरीक अमृतसर। इन्हां सैमीनार दे विच फ्री ऑफ कॉस्ट एंट्री है, तुसी इत्थे विजिट करके किसी तरह के विजे की कैनेडा बारे जानकारी चाहते हो वो लई जा सकती है। सो की तुसी हुण ग्रेजुएट्स लई जी मैं गल करना चाहुंदा, ये सारे जिहड़े सैमीनार ने जी ये सारे दे सारे सैमीनार ऑफिसिज दे विच ही हो रहे ने जी, जिहड़ा 29 नूं वो भी चंडीगढ़ ऑफिस आ, 30 नूं जिहड़ा लुधियाने ऑफिस है जी, ते 31 नूं जिहड़ा बठिंडे ऑफिस एंड 1 सितंबर नूं अमृतसर ऑफिस। ग्रेजुएट्स लई मैनूं लगदा फिर तो एक दिन डेडीकेट करना पैना, बट मैं मैक्सीमम जिहड़ियां गल्लां दसनियां चाहुंदा, मैं बहुत सारे जिहड़े बच्चे आउंदे ने ओह इसलिए आउंदे ने ओह इक ना माइंड सैट रख के आउंदे ने अपना कि मैं ग्रैजुएट हाँ और मैं मास्टर्स ही करन जानी आ। एक मैं दसना चाहुंदा जी, कैनेडा दे विच जिहड़ी बैचलर आ, कैनेडा दे विच जिहड़ी बैचलर आ ओह 4 ईयर्स दी आ, ते जिहड़े बच्चियां ने इंडिया दे विच
3 साल की बैचलर की हुई है, 3 साल की डिग्री कंप्लीट की हुई है, वो तो कैनेडा दे विच मास्टर नहीं कर सकते, एलिजिबल नहीं है। बहुत सारे बच्चों नू शायद पता कि नहीं पता कि तुसी 3 ईयर अगर ग्रेजुएट हो तो तुसी मास्टर नहीं कर सकते। फिर थोड़े लिए रस्ता की है, तुम उत्थे जाके एक बार पोस्ट ग्रेजुएशन करनी पैनी है 1 ईयर की, और 1 ईयर तो बाद 3+1 4 करके दैन ओनली यू कैन अपलाई फॉर योर मास्टर्स। सैकंड सैकंड वो बच्चे जोड़े एक्चुअल मास्टर्स करना चाहते हैं, मैं रिकमेंड करदा कि जोड़े भी बच्चे ने जोड़े इधरों ग्रैजुएट ने वो एटलीस्ट उधर जाके 1 ईयर या 2 ईयर की पोस्ट ग्रैजुएशन प्रोग्राम जरूर कर, इंस्टेड ऑफ डायरैक्ट डूइंग द मास्टर्स। मास्टर्स डायरैक्ट करन दे नालों उधर जाके पोस्ट ग्रैजुएशन पहला करो, क्योंकि इधर जिनी तरह दियाँ भी इंजीनियरिंग दियाँ हुंदियाँ ने अपने डिग्रीज हुंदियाँ ने, भलाई वो थोड़ी कंप्यूटर इंजीनियरिंग आ जां सिविल आ इलैक्ट्रिकल आ इलैक्ट्रॉनिक्स आ किसी भी तरह की जिहड़ी भी इंजीनियरिंग आ, उहदे विच 90% थ्यूरी पढ़ाई जाती आ और 10% प्रैक्टिकल हुंदा, वह भी तुसी करदे हो कई बार नहीं करदे जां पैसे दे के ट्रेनिंग्स लैंदे हो। कैनेडा दे विच जिहड़े ग्रैजुएट्स ने वह ग्रैजुएट सारे दे सारे 100 दे 100% 100 चो लाओ 90% प्रैक्टिकल एंड 10% थ्रैटिकल दे नाल उन्होंने ग्रैजुएशन की हुंदी आ, वह मास्टर्स करदे आ। बेसिकली मास्टर्स जिहड़ा एक सब्जेक्ट आ साडे इंडिया वांग कैनेडा दे विच मास्टर्स नहीं हुंदी, मैं बहुत ही क्लीयर कट दसना चाहुंना, कैनेडा दे विच मास्टर्स कोई भी ग्रेजुएशन तो बाद नहीं करदा, 70-80% लोग ग्रेजुएशन तो बाद मास्टर्स नहीं करते, क्योंकि मास्टर्स लिए वर्क एक्सपीरियंस लेंदे आ और एक्सपीरियंस लिया भी जाना चाहिए, क्योंकि साडे इंडिया ने प्लस टू की ग्रेजुएशन की मास्टर की PhD की आ जरा घोड़े भजाने असं ये उधर नहीं चाहते आ कि तुम पहला मास्टर मतलब मास्टर साढ़े मास्टर नो असी मतलब सानू लगता कि स्कूल वाले मास्टर्स नहीं, मास्टर मीन मास्टर, मास्टर शेफ, मास्टर मतलब सब तो उपर सब तो उच्चा सब तो वधिया पूरा परफेक्ट नॉलेज वाला उदा नाम मास्टर आ। मास्टर जदों तुसी किसे सब्जेक्ट दे मास्टर बनना चाहुंदे हो, तुसी तलवारबाजी च मास्टर बनना चाहुंदे हो, तुसी शूटिंग च मास्टर बनना चाहुंदे हो, तुसी एजुकेशन च मास्टर बनना चाहुंदे हो, उहदे लई तुहानू प्रोडक्ट नॉलेज प्लस प्रैक्टिकल नॉलेज होनी बहुत जरूरी है। सो सारे ग्रैजुएट नूं कहना तुसी स्पैसीफिकली परसनली अपनी अगर तुसी लैनी चाहुंदे हो कि मैं मास्टर करा ना करा की करा, बहुत सारी डिटेल दे विच इनफॉर्मेशन लैनी चाहुंदे हो, किसे भी मेरे ऑफिस दे विच जाओ, सारे सीनियर्स ने उधर मेरे ऑफिस दे विच बहुत परफेक्ट टीम आ, तुसी सानू मिलो असीं तुहानू प्रॉपर गाइड करांगे एक्चुअल दे विच ग्रेजुएशन तो बाद किस टाइप की मास्टर होनी चाहिए या नहीं होनी चाहिए, किहड़े कोर्सेस किहड़ियां यूनिवर्सिटीज, रेफरल्स एडूसिटी एक अजिही कंपनी है जी जिहड़ी कि सिर्फ कॉलेजेस नू असीं डील नहीं करदे, असीं मोर दैन 50 यूनिवर्सिटीज जिहड़ियां हैगियां ने असीं प्रमोट कर रहे हैं जी अलग अलग कंट्रीज दे विच, जिन्हां च असीं एवरी इनटेक बहुत सारे बच्चे भेजदे हां। कैनेडा दे विच मैक्सीमम जिहड़ा साडा रेफरल्स एडूसिटी दा जिहड़ा मैक्सीमम स्टूडेंट आ जी वो साडा 30-70% जिहड़े साडे स्टूडेंट्स ने वो सारे अंडर ग्रैजुएट ने ग्रैजुएट पोस्ट ग्रैजुएट 30% मतलब 1000 चो 300 तो 350 बच्चा असीं हर इनटेक दे विच यूनिवर्सिटीज दे विच भी भेजदे हां। सो असीं बहुत बच्चा अगे ना एक वीडियो भी शेयर करना चाहुंना जिहड़ी बड़ी इनफॉर्मेटिव वीडियो है अबाउट रेफरल एजुसिटी, ताकि हर बच्चा जिहड़ा जानना चाहुंदा कंपनी बारे एक बड़ी वधिया इनफॉर्मेटिव वीडियो इन्होंने बनाई है, मैं चाहूँगा टेक्निकल टीम द्वारा एक बार थोड़े अगे शेयर करिए ताकि एक्चुअल इनफॉर्मेशन रेफरल एजुसिटी की थोड़ा मिल सके, आओ देखते हो वीडियो नूं। Shruti. My name is Parun. Hi, I am Gurpreet. Gaurav. I'm Jessica. I was always excited about studying in Canada. I was looking to pursue my higher education in United States. It had to be Australia for me. Studying at the United Kingdom was always a dream. A
fantastic international exposure and new experiences is what I was looking for. So I thought of applying for student visa for New Zealand. I felt worried with the thought that I would have to figure out everything on my own. So I started visiting several consultancies. They all answered my questions, but I was never that satisfied. They gave me some long list of colleges they were associated with some innumerable programs, and many of them just tried to drift me away from my field of choice just for the sake of getting permanent residency. I was confused, so I spoke to a friend of mine who is studying abroad. She suggested me Raffles EDUCT. Finally, I visited Raffles. They took all my academic records, shortlisted 5 programs to ensure that I select the right country and right program. But at Raffles, their knowledge of education system proved invaluable. They skillfully guided me with the college selection and program. They suggested websites and gave me literatures where I could find more about the programs. My application process was very smooth and successful. I was accepted to 5 colleges and I was like, wow. You know, my counselor put in extra effort to make sure that my correspondence was as easy as possible. They answered my questions very promptly and they also ensured that whenever I needed files, they were given to me on time. Was I nervous? Well, yes and no. Yes, because, you know, the embarkment of going on a new journey, it makes you feel very nervous and excited. And no, because we are given the proper counseling. And Raffles tells us about the policies and the culture of the country we are planning to go. Oh yes, their office at Canada is taking full care of my post-landing needs and is in constant touch with me. Raffles ensures that going overseas for education is really easy. Don't let your dreams be dreams. Take the next step. With a coveted ICCRC membership, Raffles EDUCT is a complete overseas study solution provider. We value the trust of our students and provide them with the latest information on education programs abroad. It's my aim to make sure that the students going abroad through Raffles EDUCT live an honorable life, the life that they deserve. Raffles also educates its students on immigration laws, procedures and practices, which helps them to stay informed and make sound decisions. Raffles EDUCT has been providing the intensive support to the students to acquire their academic and professional degrees in abroad. This success is truly based upon the strong collaboration of our team and various other agencies. At Raffles EDUCT, we recommend our students the most appropriate course as per their academic qualification, their financial background, and their potential. As a result, we enjoy high credibility within our industry. Hi, my name is Gareth Jones, and I work for Douglas College in Vancouver, Canada. We have been working with Raffles for over 5 years. We are so pleased with the service they have provided. In fact, Raffles has sent us more students in this past intake than any other agency in India. Another service that I'm very happy with from Raffles is the fact that when students arrive in Canada, not only are they offering service before the students leave India, but Raffles provides service in Canada as well. The thousands of success stories at Raffles EDUCT begins with IELTS coaching. The experts impart rigorous training to our students and share tips and techniques to help them ace the test. The structure of our IELTS program and regular assignments have helped our students achieve really high IELTS scores. We are very proud to have been able to help so many students, and their feedback has been absolutely overwhelming. ਜਦੋਂ ਸਾਡੇ ਮੁੰਡੇ ਨੇ ਸੋਚਿਆ ਬਾਹਰ ਜਾਣਾ ਸਾਡੀ ਤਾਂ ਸਭ ਤੋਂ ਵੱਡੀ ਸਮੱਸਿਆ ਇਹੀ ਹੋ ਗਈ ਕਿ ਬਾਹਰ ਰਹੇਗਾ ਕਿਵੇਂ ਫਿਰ ਜਦੋਂ ਇਹਨੇ ਰੈਫਰਲਸ ਦੇ ਵਿੱਚ ਆਈਲਟਸ ਜੁਆਇਨ ਕੀਤੀ ਇਹਦਾ ਤਾਂ ਕੰਫੀਡੈਂਸ ਲੈਵਲ ਬਹੁਤ ਵੱਧ ਗਿਆ ਇੰਗਲਿਸ਼ ਵੀ ਬਹੁਤ ਅੱਛੀ ਹੋ ਗਈ
इसने तो मेरे बच्चे की सोच ते समझ दोनों ही बदल देते। हुन मेरा बेटा किते भी जाए मैनू कोई चिंता नहीं। Raffles, with its offices in Canada, New Zealand and Australia, extends our students the best of pre-departure and post-landing services in the most practical ways. After visa approval, Raffles EduCity students help karda hai airport pickup plus accommodation li. Jo students se study complete ho jandi hai, students nu further more steadily guide kita janda hai. Agar utthe kade kisi student nu koi problem hundi hai, bachcha sade Canada ja fir India office vich contact karda hai te bachcha di sari problems sort out kitiyan jandi hai. Jis din Raffles ne mereko inform kiya ki meri beti ka visa lag gaya hai, I was extremely happy. But at the same time, वो कनाडा जा रही थी, नए लोग, नई जगह, वो तो कभी एयरपोर्ट तक नहीं गई। बाप का दिल है ना, उस रात में सो नहीं सका। लेकिन रेफर्स ने ना केवल उसे एयरपोर्ट से पिकअप दी बल्कि दो दिन का स्टे भी दिया और कॉलेज में सेटल होने तक उसका साथ दिया। इट वॉज बियॉन्ड माई एक्सपेक्टेशन, थैंक्स टू रेफर्स। Raffles EduCity is committed to your success and to ensure that we leave no stone unturned. Explore a world. Explore a world of opportunities. So you see, ਉਹ ਵੀਡੀਓ ਜਿਹਦੇ ਤੁਹਾਨੂੰ ਰੈਫਲ ਐਜੂਸਿਟੀ ਬਾਰੇ ਪ੍ਰੋਪਰਲੀ ਜਾਣਕਾਰੀ ਦਿੱਤੀ ਗਈ ਹੈ, ਤੁਸੀਂ ਇਹਨਾਂ ਤੱਕ ਰਾਬਤਾ ਫੋਨ ਕਾਲ ਜ਼ਰੀਏ ਵੀ ਕਰ ਸਕਦੇ ਹੋ। ਸਮਾਂ ਨਹੀਂ ਅਲੋਅ ਕਰ ਰਿਹਾ, ਬਟ ਸੰਧੂ ਜੀ ਸ਼ੋਅ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਸਰ। ਧੰਨਵਾਦ ਸਾਰੇ ਦਰਸ਼ਕਾਂ ਦਾ, ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ ਜੀ। ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।